जगराओं वासी हरमनदीप सिंह ने एक लड़की नाल लव मैरिज कराई। लड़की 5 साल इन्हां नाल रही लगातार, पर बाद विच उह इन्हां नूं छड्ड के विदेश दौड़ गई। तो इन्हां दा कहना है कि उहने उत्थे होर मैरिज करवा ली ते दो बच्चे भी जम्मे। हरमनदीप सिंह नाल गल करदे आं। अज इह पहुंचे ने मनुखी अधिकार कमीशन पंजाब कोल अपनी शिकायत लैके। मनुखी अधिकार कमीशन ने इन्हां नूं कहा कि अपने बयान कुछ दिनों बाद इत्थे दर्ज करा सकते हैं। आके हरमनदीप जी पहलां फोटो दिखाओ तुहाडे ब्याह दीआं ते कदों ब्याह होया भी दस दो। मेरा ब्याह जी 2010 दे विच होया सीगा ते साडी इंटरकास्ट लव मैरिज सीगी, अपने चंडीगढ़ कोर्ट तो करवाई सीगी। हाँ जी हाँ। तो उस तो बाद चो 3-4 साल वो मेरे नाल रही आ, तो फिर उन्हें आइलट कर ली चलो, तो वह भी मैं ही करवाई। तो 2015 सरकार गरीबां दी सरकार, सूबा सरकार दे वल्लों जिथे मेरा घर मेरे नाम ते बसेरा स्कीम वर्गियां गरीब पक्षी मुहिमां दी शुरुआत कीती गई है, उथे ही 5 मरला प्लाट स्कीम दे तहत भी लाभपात्रियां नूं सनदां वंडियां जा रहियां ने। बेजमीने लोकां नूं 5-5 मरले दे प्लाट दे के खुद मुख्यमंत्री चन्नी ने उन्हां दी आवाज़ सुनी है। 5 मरले तक दे प्लाट 2 महीनियां से असीं 36,000 जारी कर चुके, नोटिफिकेशन हो गई है। 2 महीनियां च 36,000 लोकां नूं दे चुके हैं। पंचायतां ने देने हैं, पंचायतां नूं हुक्म कीते गए हैं। उन्हां दा सिस्टम सरल किया गया है कि अपनी जमीन विचों अद्ध ते ज्यादा नहीं देनी जमीन, लेकिन 5-5 मरले दे लोड़वंद लोकां नूं दो। यह फैसला पंजाब दे विच लागू है। पंजाब सरकार दे वल्लों लगातार सैकड़े लाभपात्रियों नूं 5-5 मरले दे प्लाटां दीआं सनदां वंडियां जा रहीआं ने। जिन्हां लोकां नूं इह प्लाटां दीआं सनदां मिलीआं ने उन्हां दी जिंदगी ही बदल गई है। घर घर चली गल, पंजाब सरकार करदी मसले हल। ਤਰਾਂ ਦੇ ਵਿੱਚ ਉਹ ਬਾਹਰ ਚਲੀ ਗਈ ਸੀਗੀ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੇ ਕੋਈ ਮੈਨੂੰ ਖਾਸ ਰਿਸਪੌਂਸ ਨਹੀਂ ਦਿੱਤਾ ਉੱਧਰ ਜਾ ਕੇ। ਤੇ ਫਿਰ ਹੌਲੀ 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 ਜਿੱਦਾਂ ਇਹ ਲਾਰੇ ਲਾਉਂਦੇ ਰਹੇ ਸਾਨੂੰ ਵੀ ਥੋੜ੍ਹਾ ਜਿਹਾ ਸ਼ੱਕ ਹੋਇਆ। ਤੇ ਉਸ ਤੋਂ ਬਾਅਦ ਚੋਂ ਅਸੀਂ ਜਦੋਂ ਉਹਨਾਂ ਦੇ ਪਿੰਡੋਂ ਪਤਾ ਕੀਤਾ, ਫਿਰ ਪਤਾ ਲੱਗਿਆ ਵੀ ਉਹਨੇ ਉੱਧਰ ਜਾ ਕੇ ਮੈਨੂੰ ਬਿਨਾਂ ਤਲਾਕ ਦਿੱਤੇ ਹੀ ਤੇ ਦੂਸਰੀ ਮੈਰਿਜ ਕਰ ਲਈ ਉਹਨੇ। ਜਿਹੜਾ ਵਿਦੇਸ਼ ਭੇਜਿਆ ਤੁਸੀਂ ਉਹਨਾਂ ਨੂੰ, ਆਪਣੇ ਖਰਚੇ 'ਤੇ ਭੇਜਿਆ ਆਈਲੈਟਸ, ਆਪਣੇ ਖਰਚੇ 'ਤੇ ਕਰੇ, ਕਿੰਨਾ ਖਰਚਾ ਵਿਦੇਸ਼ ਭੇਜਣ ਦਾ? ਉਹ ਤਾਂ ਸਾਰਾ ਆ ਹੀ ਗਿਆ ਸੀਗਾ, 15-15 ਲੱਖ ਦੇ ਕਰੀਬ ਆ ਗਿਆ ਸੀਗਾ ਖਰਚਾ ਸਾਰਾ ਮੇਰਾ। ਅਤੇ ਉਹ ਸਾਰਾ ਮੈਂ ਇੱਥੇ ਕਰਵਾਇਆ ਸੀਗਾ, ਫੀਸਾਂ ਵਗੈਰਾ ਵੀ ਭਰੀਆਂ, ਆਈਲੈਟ ਵੀ ਕਰਵਾਈ। ਅਤੇ ਬਸ ਉਸ ਤੋਂ ਬਾਹਰ ਜਾ ਕੇ ਜਾਣ ਕੇ ਉਹਨਾਂ ਨੂੰ। ਕਿੱਥੋਂ ਦੀ ਰਹਿਣ ਵਾਲੀ ਹੈ, ਤੁਹਾਡੀ ਇੰਟਰਕਾਸਟ ਮੈਰਿਜ ਵੀ ਹੋਈ ਆ, ਤੁਹਾਨੂੰ ਲੱਗਦਾ ਸੀ ਕਿ ਬਾਹਰ ਜਾ ਕੇ ਜ਼ਿੰਦਗੀ ਸੌਖੀ ਹੋਏਗੀ, ਪਰ ਇੱਥੇ ਤੁਸੀਂ ਪਰੇਸ਼ਾਨ ਹੋ ਕਿ ਤੁਹਾਨੂੰ ਬਿਨਾਂ ਦੱਸੇ ਕਿ ਉਹਨੇ ਹੋਰ ਵਿਆਹ ਕਰਾ ਲਏ। ਹਾਂਜੀ, ਮੇਰੀ ਵਾਈਫ ਦਾ ਨਾਂ ਜੀ ਰਜਨੀ ਭਾਰਦਵਾਜ, ਡਾਟਰ ਆਫ ਦਲਜੀਤ ਕੁਮਾਰ, ਪਿੰਡ ਉਹਨਾਂ ਦਾ ਹੈਗਾ ਮੋਰੋਂ, ਤਹਿਸੀਲ ਫਲੌਰ ਆ ਉਹਨਾਂ ਦੀ, ਅਪਰੇ ਦੇ ਨੇੜੇ ਪੈਂਦਾ ਇਹ। ਅਤੇ ਜਿੱਥੋਂ ਤੱਕ ਵੀ ਮੈਂ ਸੋਚਿਆ ਨਹੀਂ ਸੀ ਕਦੇ ਵੀ ਮੇਰੇ ਨਾਲ ਇੱਦਾਂ ਹੋਊਗਾ, ਅਤੇ ਇੱਕ ਤਰੀਕੇ ਨਾਲ ਮੇਰਾ ਯਕੀਨ ਜਿਹਾ ਹੀ ਟੁੱਟ ਗਿਆ ਵੀ ਹੋ ਹੀ ਜਾਂਦਾ, ਚਲੋ ਪਿਆਰ 'ਚ ਧੋਖਾ। ਹਾਂਜੀ ਹਾਂ, ਬਸ ਇੰਨਾ ਕੁਛ ਕਰਨ ਦੇ ਬਾਅਦ। ਜਦੋਂ ਲਵ ਮੈਰਿਜ ਹੋਈ ਉਦੋਂ ਕਿੱਥੇ ਮਿਲੀ, ਕਿਵੇਂ ਲਵ ਮੈਰਿਜ ਹੋਈ, ਕਿਵੇਂ ਵਿਆਹ ਦੀ ਗੱਲ ਚੱਲੀ, ਕਿਉਂਕਿ ਤੁਹਾਡੇ ਦੋਨਾਂ ਦੇ ਪੇਰੈਂਟਸ ਇਸ ਸਹਿਮਤ ਨਹੀਂ ਸੀ ਇਸ ਮੈਰਿਜ ਨਾਲ? ਹਾਂਜੀ ਹਾਂ, ਪੇਰੈਂਟਸ ਤਾਂ ਸਹਿਮਤ ਨਹੀਂ ਸੀਗੇ ਸਾਡੇ ਪਹਿਲਾਂ, ਅਤੇ ਚਲੋ ਬਾਅਦ 'ਚ ਹੌਲੀ ਹੌਲੀ ਵਿਆਹ ਤੋਂ ਮਗਰੋਂ ਜਦੋਂ ਅਸੀਂ ਮਿਲੇ, 2009 ਦੇ ਵਿੱਚ ਮਿਲੇ ਹੋਵਾਂਗੇ ਅਸੀਂ, ਅਤੇ 2010 ਦੇ ਵਿੱਚ ਅਸੀਂ ਇੱਥੋਂ ਚੰਡੀਗੜ੍ਹ ਤੋਂ ਪੇਸ਼ ਹੋ ਕੇ ਹਾਈਕੋਰਟ ਦੇ ਵਿੱਚ ਅਸੀਂ ਮੈਰਿਜ ਕਰ ਲਈ ਸੀਗੀ। ਅਤੇ ਪੇਰੈਂਟਸ ਉਦੋਂ ਬਾਅਦ 'ਚੋਂ ਥੋੜ੍ਹੇ ਕੁ ਟਾਈਮ ਬਾਅਦ 'ਚੋਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਹੋ ਗਿਆ ਸੀਗਾ ਸਾਡਾ। ਤੁਹਾਡਾ ਪਹਿਲਾਂ ਮੇਲ ਮਿਲਾਪ ਕਿੱਥੋਂ ਹੈ ਜਿੱਥੋਂ ਵਿਆਹ ਦੀ ਗੱਲ ਚੱਲੀ? ਪਹਿਲਾਂ ਅਸੀਂ ਉੱਦਾਂ ਹੀ ਮੇਰਾ ਇੱਕ ਫਰੈਂਡ ਸੀਗਾ, ਉਹਦੇ ਥਰੂ ਅਸੀਂ ਮਿਲੇ ਸੀਗੇ, ਉੱਦਾਂ ਹੀ ਇੱਕ ਪਾਰਟੀ ਸੀਗੀ। ਅਤੇ ਹੌਲੀ ਹੌਲੀ ਚਲੋ ਗੱਲਬਾਤਾਂ ਹੁੰਦੀਆਂ ਰਹੀਆਂ, ਅਤੇ ਫਿਰ ਚਲੋ ਵਿਆਹ ਦੀ ਹੌਲੀ ਹੌਲੀ ਜਦੋਂ ਲੱਗਣ ਲੱਗਿਆ ਵੀ ਹਾਂ ਇੱਕ ਦੂਸਰੇ ਦੇ ਨਾਲ ਚਲੋ ਹੁਣ ਰਹਿਣਾ ਹੀ ਆ, ਤਾਂ ਫਿਰ ਚਲੋ ਵਿਆਹ ਦੀ ਅਸੀਂ ਸੋਚ ਲਿਆ ਸੀਗਾ, ਪਰ ਪੇਰੈਂਟਸ ਸਾਡੇ ਨਹੀਂ ਸੀ ਸਹਿਮਤ ਸਾਡੇ ਨਾਲ। ਤੁਸੀਂ ਭੇਜਿਆ ਕਿੱਥੇ ਸੀ? ਲੜਕੀ ਦੀ ਮਾਂ ਦਾ ਕਹਿਣਾ ਕਿ ਉਹ ਸਿੰਗਾਪੁਰ ਗਈ ਆ, ਤੁਸੀਂ ਭੇਜਿਆ ਕਿੱਥੇ ਸੀ ਜਦੋਂ ਗਈ ਆ, ਉਦੋਂ ਗਈ ਕਿੱਥੇ ਸੀ? ਨਹੀਂ, ਮੈਨੂੰ ਉਹਨੇ ਆਸਟ੍ਰੇਲੀਆ ਹੀ ਕਿਹਾ ਸੀਗਾ, ਕਿਉਂਕਿ ਜਦੋਂ ਉਹਨੇ ਆਈਲੈਟ ਕੀਤੀ ਆ 2014 ਦੇ ਵਿੱਚ, ਉਦੋਂ ਆਪਣੇ ਪੇਕੇ ਪਿੰਡ ਹੀ ਸੀਗੀ,
मैं उदों जांदा हुंदा सी, मैं भी प्राइवेट जॉब करदा सी अपने इत्थे जगराऊं, ते उदों मैं जदों जांदा हुंदा सीगा तां चलो उदों क्लास वगैरह ला के ते आ जांदी हुंदी सीगी घर, ते पर उदों मैनूं उहनां ने आस्ट्रेलिया कहा सीगा भी आस्ट्रेलिया इहदा सारा करना असीं, ते मैं कहा चलो भी मैं मेरी वाइफ ते मेरी सस दोनों ही, इन्हां ने कहा भी तूं फिकर ना कर असीं सारा कुछ आपे कर लांगे, तो इन्होंने पेपर वगैरह भी सारे इन्होंने ही तैयार किए आ, तो मैं तो चलो यकीन कर गया भी चलो भी मेरे नाल थोड़ी इदा कोई कुछ करेगा भी मेरे घर दे ही ने भी किड़ा भी कोई ओपरे ने, पर पता नहीं हूँ भाई कित्थे गई सी कित्थे नहीं गई सी। लड़की की जिहड़ी मदर है की ना उन्हां दी लड़की की मदर दा वो इत्थे पंजाब रहिंदे ने? हाँ जी हाँ वो पंजाब रहिंदे ने, उन्हां दा नाम विजय कुमारी आ उर्फ बॉबी कहिंदे आ उन्हां नूं छोटा नाम। फोन से गल करते हैं 90 152। हैलो मैं दर्शन सिंह कोखर बोलदा दैनिक सवेरा टीवी तो। हाँ जी। ते तुहाडी लड़की ने बाहर जाके ब्याह करा लिया, उहदे बारे दसो भी तुहाडे नॉलेज च आ सारा मामला। ਮੈਨੂੰ ਤਾਂ ਪਹਿਲੀ ਵਾਰੀ ਵੀ ਜਦੋਂ ਲੈ ਕੇ ਗਿਆ ਸੀ ਉਦੋਂ ਨੀ ਪਤਾ, ਕਿਤੇ ਦੂਜੀ ਵਾਰੀ ਮੈਨੂੰ ਉਦੋਂ ਵੀ ਨੀ ਪਤਾ, ਮੈਨੂੰ ਪਰੇਸ਼ਾਨ ਕੀਤਾ ਤੇ ਮੈਂ ਹਾਰਟ ਦੀ ਮਰੀਜ਼ ਆ, ਮੈਨੂੰ ਡਿਪਰੈਸ਼ਨ ਦੀ ਮੇਰੀ ਦਵਾਈ ਚੱਲਦੀ ਹੈ, ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਪਈ ਮੈਂ ਤੁਹਾਨੂੰ। ਅੱਛਾ ਜੀ, ਤੇ ਲੜਕੀ ਬਾਰੇ ਵੀ ਨੀ ਪਤਾ, ਲੜਕੀ ਫੋਨ ਨਹੀਂ ਕਰਦੀ ਤੁਹਾਨੂੰ? ਮੇਰੀ ਰਮਨ ਚਾਵਲੇ ਦੇ ਹਾਰਟ ਵਾਲੇ ਦੀ ਦਵਾਈ ਚੱਲਦੀ, ਜਦ ਮੇਰੀ ਕੁੜੀ 10 ਚ ਚੱਲ ਗਈ ਸੀ ਹੁਣ ਮੇਰੀ ਗੱਲ। ਅੱਛਾ। ਹੈਲੋ। ਹਾਂਜੀ ਹਾਂਜੀ। 10 ਚ ਮੇਰੀ ਕੁੜੀ ਗਈ ਸੀ, 12 ਦੀ ਮੇਰੀ ਹਾਰਟ ਦੀ ਦਵਾਈ ਚੱਲਦੀ ਆ, ਹੁਣ ਮੇਰੀ ਡਿਪਰੈਸ਼ਨ ਦੀ ਸੋਕੀ ਲੁਧਿਆਣੇ ਦਵਾਈ ਚੱਲਦੀ, ਮੇਰੇ ਕੋਲ ਪਤਾ ਫੈਲਾ ਪਈਆ, ਮੈਨੂੰ ਬਾਜੀ ਬੰਨੇ ਮੈਨੂੰ ਇੰਨਾ ਕੁ ਪਰੇਸ਼ਾਨ ਇਹਨਾਂ ਨੇ ਕਰ ਦਿੱਤਾ ਨਾ, ਬਹੁਤ ਜ਼ਿਆਦਾ। ਨਹੀਂ ਇਹ ਕਹਿੰਦੇ ਤੁਹਾਡੀ ਲੜਕੀ ਨੇ ਪਰੇਸ਼ਾਨ ਕਰਤਾ ਵੀ ਬਿਨਾਂ ਤਲਾਕ ਦਿੱਤੇ ਹੋਰ ਮੈਰਿਜ ਕਰਾ ਲਈ? ਮੇਰੀ ਲੜਕੀ ਨੇ ਨਹੀਂ ਪਰੇਸ਼ਾਨ ਕੀਤਾ, ਦੇਖੋ ਜੀ ਇਹਨਾਂ ਨੇ ਐਨਆਰਆਈ ਥਾਣੇ 'ਚ ਦਰਖਾਸਤ ਦਿੱਤੀ, ਦੇਖੋ ਜੀ ਜੋ ਡਾਕੂਮੈਂਟ ਸਾਰੇ ਮੈਂ ਲਾ ਤੇ, ਮੈਨੂੰ ਸੱਦ ਸੱਦ ਕੇ ਇੰਨਾ ਕੁ ਇਹਨਾਂ ਨੇ ਖੱਜਲ ਖਰਾਬ ਕੀਤਾ ਨਾ, ਬਹੁਤ ਜ਼ਿਆਦਾ ਮੈਂ ਪਰੇਸ਼ਾਨ ਹਾਂ। ਦੱਸੋ ਮੈਂ ਜਦੋਂ ਪਹਿਲੀ ਵਾਰੀ ਮੁੰਡਾ ਲੈ ਕੇ ਗਿਆ ਸੀ ਤੁਹਾਨੂੰ ਚੜਾ ਕੇ ਲੈ ਕੇ ਗਿਆ ਸੀ, ਮੈਂ ਤਾਂ ਉਦੋਂ ਵੀ ਨਹੀਂ ਵਿੱਚ ਸੀਗੀ, ਹੁਣ ਮੈਨੂੰ ਕਿਉਂ ਇੰਨਾ ਡਿਪਰੈਸ਼ਨ 'ਚ ਮੈਨੂੰ ਲਿਆਉਂਦਾ ਪਿਆ? ਜਾਣੀ ਤੁਹਾਡਾ ਕਹਿਣ ਦਾ ਮਤਲਬ ਤੁਹਾਨੂੰ ਨਾ ਪਰੇਸ਼ਾਨ ਕਰਨ, ਜੇ ਤੁਹਾਡੀ ਲੜਕੀ ਨੇ ਕੋਈ ਗਲਤੀ ਕੀਤੀ ਆ ਉਹਦੇ 'ਤੇ ਕੇਸ ਪਾਉਣ ਜੇ ਪਾਉਣਾ? ਪਾਦਨ ਮੈਨੂੰ ਕਿਉਂ ਦੱਸੋ, ਮੈਂ ਤਾਂ ਆਪ ਇਹੀ ਗੱਲ ਕਹੀ ਜਾਂਦੀ ਹਾਂ, ਘਰ ਵਾਲਾ ਮੇਰੇ ਮੇਰਾ ਨਹੀਂ ਮੇਰੇ ਸਿਰ 'ਤੇ, ਮੈਨੂੰ ਕੋਈ ਆਮਦਨ ਨਹੀਂ ਕੋਈ ਕੁਛ ਨਹੀਂ, ਦੱਸੋ ਮੈਂ ਕਿੱਥੇ ਜਾਵਾਂ, ਦੱਸੋ। ਠੀਕ ਹੈ, ਚਲੋ ਠੀਕ ਆ ਜੀ, ਸ਼ੁਕਰੀਆ। ਸੋ ਹਰਮਦੀਪ ਸਿੰਘ ਜੀ, ਤੁਹਾਡੀ ਸੱਸ ਕਹਿੰਦੀ ਮੈਨੂੰ ਪਰੇਸ਼ਾਨ ਨਾ ਕਰਨ, ਜੇ ਮੇਰੀ ਕੁੜੀ ਨੇ ਕੋਈ ਗਲਤ ਕਦਮ ਚੱਕਿਆ ਉਹ 'ਤੇ ਕਾਰਵਾਈ ਕਰ ਦੇਣ ਚਾਹੇ। ਚਲੋ ਠੀਕ ਆ ਜੀ, ਚਲੋ ਕੋਈ ਨਹੀਂ, ਪਰ ਹੈ ਤਾਂ ਉਦੋਂ ਤਾਂ ਦੋਨਾਂ ਦੀ ਹੋਈ ਸਲਾਹ, ਇਹਨਾਂ ਦੀ ਇਕੱਠਿਆਂ ਦੀ ਹੋਈ ਸੀ ਸਾਰਿਆਂ ਦੀ, ਅਤੇ ਚਲੋ ਚਲੋ ਕੋਈ ਨਹੀਂ। ਕਨੈਕਸ਼ਨ 'ਤੇ ਤੁਸੀਂ ਕੀ ਅਰਜ਼ੀ ਦਿੱਤੀ ਆ ਅਤੇ ਕੀ ਮੰਗ ਕੀਤੀ ਹੈ? ਇਹ ਮੈਂ ਇਹੀ ਮੰਗ ਕੀਤੀ ਆ ਜੀ ਵੀ ਮੇਰੇ ਨਾਲ ਫਰੋਡ ਹੋਇਆ ਵਾ, ਅਤੇ ਮੈਨੂੰ ਬਿਨਾਂ ਤਲਾਕ ਦਿੱਤਿਆਂ ਉਹਨੇ ਦੂਸਰਾ ਵਿਆਹ ਕਰਵਾ ਲਿਆ ਉੱਥੇ, ਅਤੇ ਉਹਦੇ ਬਾਰੇ ਮੈਨੂੰ ਹੁਣ ਇਨਸਾਫ ਕੀਤਾ ਜਾਵੇ, ਬਸ ਬਣਦੀ ਕਾਰਵਾਈ ਕੀਤੀ ਜਾਵੇ ਉਹਦੇ 'ਤੇ। ਹਿੰਦੂ ਮੈਰਿਜ ਐਕਟ ਮੁਤਾਬਕ ਦੂਜਾ ਵਿਆਹ ਬਿਨਾਂ ਤਲਾਕ ਦਿੱਤੇ ਤੋਂ ਕਰਾਇਆ ਨਹੀਂ ਜਾ ਸਕਦਾ, ਜਿਸ ਕਾਰਨ ਤੁਸੀਂ ਸ਼ਿਕਾਇਤ ਪਾਈ ਆ, ਅਤੇ ਪਹਿਲਾਂ ਪੁਲਿਸ ਐਨਆਰਆਈ ਥਾਣੇ 'ਚ ਵੀ ਗਏ, ਉੱਥੋਂ ਇਨਸਾਫ ਨਹੀਂ ਮਿਲਿਆ ਤੁਹਾਨੂੰ? ਹਾਂਜੀ ਹਾਂ, ਉੱਥੇ ਨਹੀਂ ਮਿਲਿਆ ਜੀ, ਉਹਨਾਂ ਨੇ ਸੁਣਿਆ ਹੀ ਨਹੀਂ, ਸਾਡਾ ਪੱਖ ਹੀ ਨਹੀਂ ਸੁਣਿਆ ਚੰਗੀ ਤਰ੍ਹਾਂ। ਉਹ ਤਾਂ ਮੈਨੂੰ ਕਹਿੰਦੇ ਰਹੇ ਕਿ ਹਾਂ ਤੇਰੇ ਕੋਲ ਕੀ ਸਬੂਤ ਆ ਵੀ ਉਹਨੇ ਦੂਸਰਾ ਵਿਆਹ ਕਰਵਾ ਲਿਆ? ਮੈਂ ਉਹਨਾਂ ਨੂੰ ਦੱਸਿਆ ਵੀ ਕਿ ਹਾਂ ਸਾਨੂੰ ਵੀ ਉਹਨਾਂ ਦੇ ਪਿੰਡੋਂ ਹੀ ਪਤਾ ਲੱਗਿਆ, ਉਹਨਾਂ ਦੇ ਖਾਸ ਬੰਦਿਆਂ ਤੋਂ ਹੀ ਪਤਾ ਲੱਗਿਆ ਵੀ ਉਹਨੇ ਦੂਸਰਾ ਵਿਆਹ ਕਰਵਾ ਲਿਆ, ਉਹਦੇ 2 ਬੱਚੀਆਂ ਵੀ ਨੇ। ਪਰ ਹੁਣ ਉਹ ਮੈਨੂੰ ਕਹਿਣ ਕਿ ਵੀ ਤੇਰੇ ਕੋਲ ਕੋਈ ਸਬੂਤ ਹੈ, ਕੋਈ ਫੋਟੋ ਹੈ ਕੋਈ? ਮੈਂ ਕਿਹਾ ਵੀ ਮੇਰੇ ਕੋਲ ਕਿੱਥੋਂ ਹੋ ਸਕਦੀ ਹੈ ਵੀ ਮੈਨੂੰ ਥੋੜ੍ਹੀ ਦੇਣ ਲੱਗੇ ਨੇ ਉਹ? ਜਾਂ ਰਿਸ਼ਤੇਦਾਰਾਂ ਤੋਂ ਜਾਂ ਦੋਸਤਾਂ ਮਿੱਤਰਾਂ ਤੋਂ ਪਤਾ ਲੱਗਿਆ ਕਿ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਧੋਖਾ ਕਰ ਗਈ? ਹਾਂਜੀ ਹਾਂਜੀ ਹਾਂ, ਕਿਉਂਕਿ ਉੱਥੇ ਸਾਰੇ ਇਹਨਾਂ ਦੇ ਪਿੰਡ 'ਚ ਤਾਂ ਸਾਰਿਆਂ ਨੂੰ ਪਤਾ ਵੀ ਉਹਨੇ ਦੂਸਰਾ ਵਿਆਹ ਕਰਵਾ ਲਿਆ ਮੇਰੀ ਵਾਈਫ ਨੇ। ਅਤੇ ਤੁਸੀਂ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਆਏ, ਇੱਥੇ ਤੁਸੀਂ ਸਬੂਤ ਵੀ ਪੇਸ਼ ਕਰੋਗੇ ਕਿ ਖਰਚਾ ਤੁਸੀਂ ਕੀਤਾ, ਆਈਲੈਟਸ ਤੁਸੀਂ ਕਰਾਈ, ਅਤੇ ਜਿਹੜਾ ਬਾਹਰ ਭੇਜਣ ਦਾ ਖਰਚਾ ਸੀ ਉਹ ਵੀ ਤੁਸੀਂ ਉੱਟਿਆ, ਤੁਹਾਡੇ ਕੋਲ ਪਰੂਫ ਹੈਗੇ ਉਹਦੇ ਸਾਰੇ? ਹਾਂਜੀ ਹਾਂ, ਮੇਰੇ ਕੋਲ ਸਾਰੇ ਪਰੂਫ ਹੈਗੇ ਆ ਜੀ, ਉਦੋਂ ਦੇ ਮੇਰੀਆਂ ਸਟੇਟਮੈਂਟਾਂ ਹੈਗੀਆਂ ਨੇ, ਉਦੋਂ ਜਦੋਂ ਮੈਂ ਉਹਨਾਂ ਪੈਸੇ ਦਿੱਤੇ ਨੇ ਉਹਨਾਂ ਨੂੰ, ਫੀਸਾਂ ਦੀਆਂ ਪਰਚੀਆਂ ਹੈਗੀਆਂ ਮੇਰੇ ਕੋਲ, ਮੇਰੇ ਕੋਲ ਹੈਗੇ ਸਾਰੇ ਸਬੂਤ ਹੈਗੇ ਆ ਮੇਰੇ ਕੋਲ, ਮੈਂ ਸਾਰੇ ਪੇਸ਼ ਕਰੂੰਗਾ ਇੱਥੇ। ਉਹ ਲੜਕੀ ਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਨੇ ਤੁਹਾਡੇ ਨਾਲ ਧੋਖਾ ਕੀਤਾ, ਉਹਨੂੰ ਵੀ ਤੁਸੀਂ ਮੀਡੀਆ ਥਰੂ ਕੁਛ ਕਹਿ ਸਕਦੇ ਹੋ, ਅਪੀਲ ਕਰ ਸਕਦੇ ਹੋ ਜਾਂ ਕੁਛ ਕਹਿ ਸਕਦੇ ਹੋ ਕਿ ਮੇਰੇ ਜਜ਼ਬਾਤਾਂ ਨੂੰ ਨਾਲ ਖਿਲਵਾੜ ਕੀਤਾ? ਕਹਿਣ ਨੂੰ ਹੁਣ ਬਚਿਆ ਹੀ ਨਹੀਂ ਕੁਛ, ਪਰ ਉੱਦਾਂ ਚਲੋ ਬਾਕੀ ਉਹਨੂੰ ਵੀ ਅਤੇ ਬਾਕੀ ਹੋਰਾਂ ਨੂੰ ਵੀ ਮੈਸੇਜ ਇਹੀ ਆ ਮੇਰਾ ਕਿ ਚਲੋ ਜੇ ਆਪਾਂ ਕਿਸੇ ਨਾਲ ਰਿਸ਼ਤਾ ਜੋੜਦੇ ਹਾਂ ਤਾਂ ਉਹਨੂੰ ਨਿਭਾਉਣਾ ਚਾਹੀਦਾ ਵਾ, ਅਤੇ ਜੇ ਤੁਸੀਂ ਨਹੀਂ ਨਿਭਾ ਸਕਦੇ ਤਾਂ ਅਗਲੇ ਨੂੰ ਕਲੀਅਰ ਦੱਸ ਦਿਓ, ਅਗਲੇ ਦੀ ਜ਼ਿੰਦਗੀ ਨਾ ਖਰਾਬ ਕਰੋ ਬਸ। ਇੱਦਾਂ ਜਿਵੇਂ ਹੁਣ ਮੇਰੇ ਕਿੰਨੇ ਸਾਲ ਹੀ ਖਰਾਬ ਹੋ ਗਏ, ਪਰੇਸ਼ਾਨੀ ਅੱਡ ਹੋਈ, ਮੇਰੇ ਘਰ ਦੇ ਤਾਂ ਪਰੇਸ਼ਾਨ ਨੇ,
ਅਤੇ ਕੋਈ ਫਿਊਚਰ ਦਾ ਕੋਈ ਪਤਾ ਨਹੀਂ ਹੈ ਵੀ ਕੀ ਬਣਨਾ ਕੀ ਨਹੀਂ ਬਣਨਾ ਬਸ ਪਰ ਇੱਦਾਂ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਗੱਲ ਹੈ ਠੀਕ ਹੈ ਸੋ ਹਰਮਨਦੀਪ ਸਿੰਘ ਨਾਲ ਦੂਰੀ ਧੋਖਾਧੜੀ ਹੋਈ ਇੱਕ ਤਾਂ ਇਹਨਾਂ ਦਾ ਖਰਚਾ ਆਇਆ ਇਹਨਾਂ ਨੇ ਆਪਦੀ ਵਾਈਫ ਨੂੰ ਵਿਦੇਸ਼ ਭੇਜਿਆ ਕਿ ਉੱਥੇ ਜਾਏਗੀ ਅਤੇ ਮੈਨੂੰ ਬੁਲਾਏਗੀ ਅਤੇ ਭਵਿੱਖ ਸਹੀ ਰਹੇਗਾ ਦੂਜਾ ਧੋਖਾ ਬਿਨਾਂ ਦੱਸੇ ਉਹਨਾਂ ਨੇ ਹੋਰ ਵਿਆਹ ਕਰਵਾ ਲਿਆ ਸੋ ਵੱਡੀਆਂ ਵੱਡੀਆਂ ਨੌਜਵਾਨਾਂ ਨੂੰ ਚਿੰਤਾਵਾਂ ਨੇ ਵਿਦੇਸ਼ ਭੇਜਣ ਦਾ ਇੱਕ ਚਾਅ ਹੁੰਦਾ ਸੁਪਨੇ ਦੇਖੇ ਹੁੰਦੇ ਨੇ ਪਰ ਜਦੋਂ ਸੁਪਨੇ ਅੱਧ ਵਿਚਾਲੇ ਟੁੱਟ ਜਾਣ ਤਾਂ ਪਰੇਸ਼ਾਨੀ ਤਾਂ ਹੁੰਦੀ ਹੈ ਅਤੇ ਇਹ ਇੱਕ ਤੁਹਾਡੇ ਸਾਹਮਣੇ ਅਸੀਂ ਉਦਾਹਰਨ ਪੇਸ਼ ਕੀਤੀ ਹੈ ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਕੁੱਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਅਦ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਬਨ ਜਾਂ ਦੁਟੋਣਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467